मैं दो गल्लां जिहड़ियां पिछले दिनां च वी ते अज वी ओह टीवी चैनल्स ते चल रही आ उहदे बारे मैं स्थिति स्पष्ट करना चाहुंदा वी जिहड़ी पिक्चर एमरजेंसी आ उहदे बारे जो साडे सिख भराई भाईचारे ने सिख जथेबंदियां ने पंजाबियां ने जिहड़े चिंतित सी वी उहदे विच कोई भी सिखां बारे ऐसा सीन नहीं होना चाहीदा जिन्हां नूं सिखां नूं जां पंजाबियां नूं कोई ठेस पहुंचे ਉਹ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਵੀ ਅਸੀਂ ਖਾਸ ਤੌਰ ਤੇ ਦੋ ਵਿਦਵਾਨ ਬੁੱਧੀਜੀਵੀ ਜਿਹੜੇ ਸਿੱਖ ਨੇ ਚਾਹੇ ਉਹ ਸਾਡੇ ਲੁਧਿਆਣੇ ਤੋਂ ਨੇ ਜੋਹਲ ਸਾਹਿਬ ਚਾਹੇ ਸਾਡੇ ਚੇਅਰਮੈਨ ਨੇ ਜਿਹੜੇ ਸਾਡੇ ਨਦੇੜ ਸਾਹਿਬ ਤਖ਼ਤ ਸਾਹਿਬ ਦੇ ਟਰੱਸਟ ਦੇ ਚੇਅਰਮੈਨ ਸਾਬਕਾ ਸੀਨੀਅਰ ਆਈਏਐਸ ਆਫੀਸਰ ਨੇ ਉਹਨਾਂ ਨੇ ਦੇਖਿਆ ਤੇ ਦੇਖਣ ਤੋਂ ਬਾਅਦ ਜਿਹੜੇ ਸਾਡੇ ਸੈਂਸਰ ਬੋਰਡ ਦੇ ਚੇਅਰਮੈਨ ਨੇ ਉਹਨਾਂ ਨਾਲ ਬਹਿ ਕੇ ਉਹ ਸਾਰੇ ਸੀਨ ਨੇ ਜਿਹੜੇ ਕੋਈ ਵੀ ਜੀ ਸਿੱਖ ਪੰਜਾਬੀ ਜਿਹਨੂੰ ਕੋਈ ਵੀ ਛਵੀ ਦੇ ਬਾਰੇ ਕੋਈ ਐਸੀ ਗੱਲ ਹੋਵੇ ਉਹ ਬਿਲਕੁਲ ਕੱਟੇ ਗਏ ਨੇ ਉਹਦੇ ਵਿੱਚ ਕੋਈ ਵੀ ਐਸਾ ਸੀਨ ਹੈ ਨਹੀਂ ਜਿਹ 'ਚ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਸਿੱਖਾਂ ਦੇ ਬਾਰੇ ਕੋਈ ਐਸੀ ਗੱਲ ਦਿਖਾਈ ਜਾਵੇ ਉਹ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਕੀ ਜੋ ਇੰਦਰਾ ਗਾਂਧੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜੋ ਕੁਛ ਐਮਰਜੈਂਸੀ ਜਾਂ ਸਿੱਖਾਂ ਨਾਲ ਜੋ ਕੁਛ ਕੀਤਾ ਉਹ ਚਾਹੇ 84 ਦੀ ਗੱਲ ਕਰੀਏ ਚਾਹੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਗੱਲ ਕਰੀਏ ਢਹਿ ਢੇਰੀ ਕਰਨ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਵੱਜਣ ਦੀ ਗੱਲ ਕਰੀਏ ਉਹ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ ਉਹ ਸਾਰਾ ਕੁਛ ਹੋਇਆ ਉਦੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਗਲੀ ਗਲੀ ਕੋ ਕੋ ਕੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ ਮਾਰਿਆ ਗਿਆ ਸਾਰੇ ਦੇਸ਼ਾਂ ਦੇ ਸਾਰੇ ਦੇਸ਼ ਦੇ ਵੱਡਿਆਂ ਸ਼ਹਿਰਾਂ ਚ ਕਿਸ ਤਰੀਕੇ ਨਾਲ ਭਜਾ ਭਜਾ ਕੇ ਗਲਾਂ ਚ ਟਾਇਰ ਪਾ ਕੇ ਕੀ ਜਿਹੜੀਆਂ ਅੱਜ ਉਹਨਾਂ ਨੂੰ ਰੋਕਣ ਦੀ ਗੱਲ ਕਰਦੇ ਆ ਜਦੋਂ ਐਮਰਜੈਂਸੀ ਪਿਕਚਰ ਦੇ ਵਿੱਚ ਇੰਦਰਾ ਗਾਂਧੀ ਦਾ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਸਾਡੇ ਗੁਰਦੁਆਰਿਆਂ ਪ੍ਰਤੀ ਜੋ ਕੁਛ ਉਹਨਾਂ ਨੇ ਨੁਕਸਾਨ ਕੀਤਾ ਤੁਸੀਂ ਨਹੀਂ ਚਾਹੁੰਦੇ ਵੀ ਉਹ ਲੋਕਾਂ ਨੂੰ ਪਤਾ ਲੱਗੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਹੋ ਤੁਸੀਂ ਐਡੀ ਬੜੀ ਗੱਲ ਆ ਜਿਹੜੀ ਉਹਨੂੰ ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ ਇਸ ਪਿਕਚਰ ਨੂੰ ਰੋਕ ਕੇ ਜਿਹੜੀਆਂ ਤੁਹਾਡੀਆਂ ਇਸ਼ੂ ਸੀ ਉਹ ਅਲੱਗ ਗੱਲ ਹੋ ਗਈ ਆਪਣੇ ਇਸ਼ੂ ਸੀ ਉਹ ਬਿਲਕੁਲ ਠੀਕ ਨੇ ਉਹ ਨਹੀਂ ਦਿਖਾਏ ਜਾਣਗੇ ਪਰ ਬਾਕੀ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਪਿਕਚਰ ਦਾ ਕੀ ਤੁਸੀਂ ਨਹੀਂ ਦੱਸਣਾ ਚਾਹੁੰਦੇ ਵੀ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੁਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਵੀ ਤੁਸੀਂ ਝੂਠਾ ਕਹਿੰਦੇ ਹੋ ਝੂਠਾ ਪਾਉਣ ਦੀ ਗੱਲ ਕਰਦੇ ਹੋ ਨਹੀਂ ਦਿਖਾਉਣਾ ਚਾਹੁੰਦੇ ਕੁਛ ਤੁਸੀਂ 80-84 ਦੀ ਗੱਲ ਕਰਦੇ ਹੋ ਮੈਸੇਕਰ ਹੋਇਆ ਤੁਸੀਂ ਉਹ ਨਹੀਂ ਦਿਖਾਉਣਾ ਚਾਹੁੰਦੇ ਉਹ 'ਚ ਵੀ ਕੀ ਕੁਛ ਉਸ ਵੇਲੇ ਉਸ ਸਰਕਾਰ ਨੇ ਕਾਂਗਰਸ ਦੀ ਨੇ ਕੀ ਕੁਛ ਕੀਤਾ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਜਿਹੜਾ ਇਸ ਪਿਕਚਰ ਨੂੰ ਹੁਣ ਰੋਕੂਗਾ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਇੰਦਰਾ ਗਾਂਧੀ ਦੇ ਜੋ ਸਿੱਖਾਂ ਨਾਲ ਜੋ ਪੰਜਾਬੀਆਂ ਨਾਲ ਜੋ ਉਹਨਾਂ ਨੇ ਧੱਕਾ ਕੀਤਾ ਜੋ ਉਹਨਾਂ ਨੇ ਇਤਿਹਾਸ 'ਚ ਗਲਤੀਆਂ ਕੀਤੀਆਂ ਉਹ ਤੁਸੀਂ ਲੋਕਾਂ ਦੇ ਮੂਹਰੇ ਜਾਣਾ ਨਹੀਂ ਦੇਣਾ ਚਾਹੁੰਦੇ ਅੱਜ ਤੁਹਾਨੂੰ ਉਹ ਚੰਗੇ ਲੱਗਣ ਲੱਗ ਗਏ ਮੈਨੂੰ ਹੈਰਾਨ ਆ ਇੱਕ ਪਾਸੇ ਤੁਸੀਂ ਜਿਹਨੇ ਪਿਕਚਰ ਬਣਾਈ ਉਹਨੂੰ ਹਾਈਲਾਈਟ ਕਰਕੇ ਇੱਕ ਪਾਸੇ ਇੰਦਰਾ ਗਾਂਧੀ ਨੂੰ ਲੁਕਾਉਣਾ ਚਾਹੁੰਦੇ ਉਹਨੂੰ ਬਚਾਉਣਾ ਚਾਹੁੰਦੇ ਹੋ ਜਿਹੜੇ ਬੰਦੇ ਇਹ ਪਿਕਚਰ ਰੋਕਦੇ ਆ ਮੈਂ ਇੰਨਾ ਕਹਿਣਾ ਚਾਹੁੰਦਾ ਮੈਂ ਦੋ ਗੱਲਾਂ ਜਿਹੜੀਆਂ ਪਿਛਲੇ ਦਿਨਾਂ 'ਚ ਵੀ ਤੇ ਅੱਜ ਵੀ ਉਹ ਟੀਵੀ ਚੈਨਲਸ ਤੇ ਚੱਲ ਰਹੀਆਂ ਉਹਦੇ ਬਾਰੇ ਮੈਂ ਸਥਿਤੀ ਸਪਸ਼ਟ ਕਰਨਾ ਚਾਹੁੰਦਾ ਵੀ ਜਿਹੜੀ ਪਿਕਚਰ ਐਮਰਜੈਂਸੀ ਆ ਉਹਦੇ ਬਾਰੇ ਜੋ ਸਾਡੇ ਸਿੱਖ ਭਰਾਈ ਭਾਈਚਾਰੇ ਨੇ ਸਿੱਖ ਜਥੇਬੰਦੀਆਂ ਨੇ ਪੰਜਾਬੀਆਂ ਨੇ ਜਿਹੜੇ ਚਿੰਤਿਤ ਸੀ ਵੀ ਉਹਦੇ ਵਿੱਚ ਕੋਈ ਵੀ ਸਿੱਖਾਂ ਬਾਰੇ ਐਸਾ ਸੀਨ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੂੰ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਕੋਈ ਠੇਸ ਪਹੁੰਚੇ ਉਹ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਵੀ ਅਸੀਂ ਖਾਸ ਤੌਰ ਤੇ ਦੋ ਵਿਦਵਾਨ ਬੁੱਧੀਜੀਵੀ ਜਿਹੜੇ ਸਿੱਖ ਨੇ ਚਾਹੇ ਉਹ ਸਾਡੇ ਲੁਧਿਆਣੇ ਤੋਂ ਨੇ ਜੋਹਲ ਸਾਹਿਬ ਚਾਹੇ ਸਾਡੇ ਚੇਅਰਮੈਨ ਨੇ ਜਿਹੜੇ ਸਾਡੇ ਨਦੇੜ ਸਾਹਿਬ ਤਖ਼ਤ ਸਾਹਿਬ ਦੇ ਟਰੱਸਟ ਦੇ ਚੇਅਰਮੈਨ ਸਾਬਕਾ ਸੀਨੀਅਰ ਆਈਏਐਸ ਆਫੀਸਰ ਨੇ ਉਹਨਾਂ ਨੇ ਦੇਖਿਆ ਤੇ ਦੇਖਣ ਤੋਂ ਬਾਅਦ ਜਿਹੜੇ ਸਾਡੇ ਸੈਂਸਰ ਬੋਰਡ ਦੇ ਚੇਅਰਮੈਨ ਨੇ ਉਹਨਾਂ ਨਾਲ ਬਹਿ ਕੇ ਉਹ ਸਾਰੇ ਸੀਨ ਨੇ ਜਿਹੜੇ ਕੋਈ ਵੀ ਜੀ ਸਿੱਖ ਪੰਜਾਬੀ ਜਿਹਨੂੰ ਕੋਈ ਵੀ ਛਵੀ ਦੇ ਬਾਰੇ ਕੋਈ ਐਸੀ ਗੱਲ ਹੋਵੇ ਉਹ ਬਿਲਕੁਲ ਕੱਟੇ ਗਏ ਨੇ ਉਹਦੇ ਵਿੱਚ ਕੋਈ ਵੀ ਐਸਾ ਸੀਨ ਹੈ ਨਹੀਂ ਜਿਹ 'ਚ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਸਿੱਖਾਂ ਦੇ ਬਾਰੇ ਕੋਈ ਐਸੀ ਗੱਲ ਦਿਖਾਈ ਜਾਵੇ ਉਹ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਕੀ ਜੋ ਇੰਦਰਾ ਗਾਂਧੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜੋ ਕੁਛ ਐਮਰਜੈਂਸੀ ਜਾਂ ਸਿੱਖਾਂ ਨਾਲ ਜੋ ਕੁਛ ਕੀਤਾ ਉਹ ਚਾਹੇ 84 ਦੀ ਗੱਲ ਕਰੀਏ ਚਾਹੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਗੱਲ ਕਰੀਏ ਢਹਿ ਢੇਰੀ ਕਰਨ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਵੱਜਣ ਦੀ ਗੱਲ ਕਰੀਏ ਉਹ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ ਉਹ ਸਾਰਾ ਕੁਛ ਹੋਇਆ ਉਦੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਗਲੀ ਗਲੀ ਕੋ ਕੋ ਕੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ
मारिया गया सारे देशां दे सारे देश दे वड्डियां शहरां च किस तरीके नाल भजा भजा के गलां च टायर पा के की जिहड़ियां अज उन्हां नूं रोकण दी गल करदे आ जदों एमरजेंसी पिक्चर दे विच इंदिरा गांधी दा सिखां प्रति पंजाबियां प्रति साडे गुरद्वारियां प्रति जो कुछ उन्होंने नुकसान किया तुसी नहीं चाहते भी वह लोगों नूं पता लगे तुसी कहजियां गल्लां करन लग जांदे हो तुसी एड्डी बड़ी गल आ जिहड़ी उहनूं तुसी की लुकाउणा चाहुंदे हो इस पिक्चर नूं रोक के जिहड़ियां तुहाडियां इशू सी उह अलग गल होगी अपने इशू सी उह बिल्कुल ठीक ने उह नहीं दिखाए जाणगे पर बाकी तुसी विरोध क्यों कर रहे हो पिक्चर का की तुसी नहीं दसना चाहते भी इंदिरा गांधी ने साडे दरबार साहब ते अटैक किया तुसी संत भिंडरां वालियां दी गल करदे हो इहदा मतलब तुसी उहनां नूं फिर उहनां नूं भी तुसी झूठा कहने हो झूठा पाउण दी गल करदे हो नहीं दिखाउणा चाहुंदे कुछ तुसी 84 की गल करते हो मैसेकर होया तुसी नहीं दिखाना चाहते भी की कुछ उस वे उस सरकार ने कांग्रेस की ने की कुछ किया मैनू थोड़ी समझ नहीं आती जिहड़ा इस पिक्चर नूं रोकूगा इहदा मतलब वह किते ना किते इंदिरा गांधी जी दे जो सिखां नाल जो पंजाबियां नाल जो उन्होंने धक्का किया जो उन्होंने इतिहास च गलतियां कीतियां वह तुसी लोगों के मूहरे जाना नहीं चाहते देना चाहते अज थोनू वह चंगे लगन लग गए मैनू हैरान आ एक पासे तुसी जिहने पिक्चर बनाई उहनू हाईलाइट करके एक पासे इंदिरा गांधी नू लुकाउणा चाहुंदे हो उहनू बचाउणा चाहुंदे हो जिहड़े बंदे पिक्चर रोकदे आ मैं इन्ना कहना चाहुंदा।